हेलो जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਕੇਕੇ ਵਲੌਗਸ। ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅੱਜ ਅਸੀਂ ਫੇਰ ਆਏ ਹਾਂ ਤੁਹਾਡੇ ਨਾਲ ਇੱਕ ਨਵਾਂ ਚੈਲੰਜ ਕਰਨ। ਇਹ ਵੀ ਸਾਡਾ ਫੂਡ ਚੈਲੰਜ ਹੈ ਔਰ ਇਹ ਚੈਲੰਜ ਹੈ ਗੋਲਗੱਪੇ ਦੇ ਉੱਤੇ। ਇਸ ਵਿੱਚ ਅਸੀਂ 30 ਸੈਕਿੰਡ ਵਿੱਚ ਦੇਖਤੇ ਕੌਣ ਸਭ ਤੋਂ ਜ਼ਿਆਦਾ ਗੋਲਗੱਪੇ ਖਾਤਾ ਹੈ। 30 ਸੈਕਿੰਡ ਦਾ ਰੱਖੀਏ, 1 ਮਿੰਟ ਦਾ ਰੱਖੀਏ। 30 ਸੈਕਿੰਡ ਦਾ ਰੱਖਤੇ ਹੈ ਇਸ ਚੈਲੰਜ ਲੱਗੇਗਾ। 30 ਸੈਕਿੰਡ ਦਾ ਮੈਨੂੰ ਲੱਗਦਾ ਗੋਲਗੱਪੇ ਦੇ ਆਲੂ ਪਾਣ ਦੇ ਵਿੱਚ ਹੀ ਲੱਗਣੇ ਆ। ਉਹੀ ਤਾਂ ਹੈ ਨਾ, ਮੈਕਸਿਮਮ 3 ਜਾਂ ਫਿਰ 4 ਖਾ ਪਾਓਗੇ। ਚਲੋ ਹਜੇ ਡਿਸਾਈਡ ਕਰਦੇ ਹਾਂ ਕਿ 30 ਸੈਕਿੰਡ ਦਾ ਰੱਖਣਾ ਜਾਂ 1 ਮਿੰਟ ਦਾ, ਠੀਕ ਹੈ ਨਾ? ਕਿਉਂਕਿ ਅਜੇ ਫਸਟ ਟਾਈਮ ਇਹ ਵਾਲਾ ਚੈਲੰਜ ਕਰਨ ਲੱਗੇ ਹਾਂ। ਗੋਲਗੱਪਾ ਖਾਂਦੇ-ਖਾਂਦੇ ਕਈ ਵਾਰ ਗਲੇ 'ਚ ਹੀ ਫਸ ਜਾਂਦਾ ਵਾ, ਠੀਕ ਹੈ? ਤਾਂ ਪਾਣੀ ਵੀ ਸਾਥ ਮੇਂ ਰੱਖਾ ਹੈ। ਹਾਂ, ਸਭ ਕੁਝ ਰੱਖਿਆ। ਆ ਦੇਖੋ ਅਸੀਂ ਕੀ-ਕੀ ਰੱਖਿਆ। ਗੋਲਗੱਪੇ ਅੱਜ ਕਿਉਂਕਿ ਕਰਨਾ ਹੈ ਗੋਲਗੱਪਾ ਚੈਲੰਜ। ਹੁਣ ਦੇਖਦੇ ਹਾਂ ਕੌਣ ਮੈਕਸਿਮਮ ਗੋਲਗੱਪੇ ਖਾਂਦਾ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ। ਚਲੋ ਹੁਣ ਸਟਾਰਟ ਕਰਦੇ ਹਾਂ ਆਪਣਾ ਚੈਲੰਜ। ਸਭ ਤੋਂ ਪਹਿਲੀ ਟਰਨ, ਸਭ ਤੋਂ ਪਹਿਲੀ ਟਰਨ ਕਿਹਦੀ ਆਏਗੀ? ਬੜੇ ਸੇ ਛੋਟਾ ਕਰਤੇ ਹਾਂ ਗਾਇਸ, ਬੜੇ ਸੇ ਛੋਟਾ। ਸਭ ਲਾਸਟ ਟਾਈਮ ਵੀ ਦੇ ਦਿੱਤਾ ਸੀ, ਇੱਥੇ ਮੈਂ ਪਹਿਲੀ ਵਾਰ ਹਾਰ ਗਈ ਸੀ। ਫਿਰ ਵੀ ਮੈਂ ਸੈਕਿੰਡ ਹੀ ਆਊਗਾ। ਫਿਰ ਇਦਾਂ ਨਾ ਹੋਵੇ, ਸਾਡਾ ਡਾਹਾਂ ਨਹੀਂ ਜਿੱਤੇ ਫਿਰ। ਹਾਂ, ਦੋ ਚੈਲੰਜ ਨਹੀਂ ਬੋਲਦੀ ਮੈਂ। ਹਾਂ, ਜਿੱਤ ਜਾਂਦਾ ਸਾਡਾ ਹਮੇਸ਼ਾ, ਹੈ ਨਾ? ਦੋ ਚੈਲੰਜ ਜਿੱਤ ਚੁੱਕਾ ਗਾਇਸ ਉਹ ਅਭੀ ਤੱਕ। ਚਲੋ ਹੁਣ ਸਟਾਰਟ ਕਰਦੇ ਹਾਂ ਗੋਲਗੱਪੇ ਦਾ ਚੈਲੰਜ। ਹੁਣ ਦੇਖਦੇ ਹਾਂ ਕੌਣ ਮੈਕਸਿਮਮ ਗੋਲਗੱਪੇ ਖਾਂਦਾ ਹੈ। ਚਲੋ, ਵੈਸੇ ਮੈਂ ਬਹੁਤ ਘੱਟ ਖਾਂਦੀ ਹਾਂ ਗੋਲਗੱਪੇ, ਮੈਨੂੰ ਦਹੀਂ ਵਾਲੇ ਗੋਲਗੱਪੇ ਜ਼ਿਆਦਾ ਪਸੰਦ ਹੈ ਇਹਦੇ ਨਾਲੋਂ। ਤੂੰ, ਮੈਂ ਬੜਾ ਖਾਤਾ ਹੂੰ, ਨਹੀਂ ਖਾਂਦੇ। ਚਲੋ ਵੀ ਹੁਣ ਆਪਾਂ ਸਟਾਰਟ ਕਰਨ ਲੱਗੇ ਆਪਣਾ ਚੈਲੰਜ। ਚਲੋ ਲੈਟਸ ਗੋ। ਸੋ ਅਰੇਂਜਮੈਂਟ ਸਾਰਾ ਹੋ ਚੁੱਕਾ ਹੈ ਗੋਲਗੱਪਿਆਂ ਦਾ ਔਰ ਅਸੀਂ ਸਟਾਰਟ ਕਰਨ ਲੱਗੇ ਆਪਣਾ ਚੈਲੰਜ। ਹੁਣ ਇਹ ਮੈਨੂੰ ਕਹਿ ਰਿਹਾ ਕਿ ਹਾਂ, ਮੇਰੇ ਤੋਂ ਵੀ ਚੈਲੰਜ ਸ਼ੁਰੂ ਕਰਨਾ ਹੈ। ਚਲੋ ਹੁਣ ਮੇਰੀ ਟਰਨ ਹੈ। ਵੈਸੇ ਮੈਨੂੰ ਗੋਲਗੱਪੇ ਇੰਨੇ ਜ਼ਿਆਦਾ ਪਸੰਦ ਨਹੀਂ ਹੈਗੇ। ਚਲੋ ਫਿਰ ਇਹ ਹਮਨੇ ਫੋਨ ਟਾਈਮਰ ਕੇ ਲਈ 30 ਸੈਕਿੰਡਸ ਕੇ ਟਾਈਮਰ ਅਸੀਂ ਲਗਾਉਣ ਲੱਗੇ ਹਾਂ। ਦੇਖਦੇ ਹਾਂ ਕੌਣ ਕਰ ਕੋ ਸ਼ੋਰ। 30 ਸੈਕਿੰਡ ਨਹੀਂ, ਇੱਕ ਦਾ ਇੱਕ ਕਰਨਾ ਪੈਣਾ। ਨਹੀਂ, 30 ਸੈਕਿੰਡ ਨਹੀਂ ਹੋਣਗੇ, ਮੈਨੂੰ ਪਤਾ ਹੈ 30 ਚ। ਚਲੋ 1 ਮਿੰਟ, ਇੱਕ ਟਾਈਮ ਦੇਣੀ ਪੈਣਾ। ਓਕੇ, 1 ਮਿੰਟ ਦਾ ਗਾਇਸ। 30 ਸੈਕਿੰਡ ਅਸੀਂ 8 ਸੈਕਿੰਡ ਤੱਕ ਹੀ 1 ਮਿੰਟ ਚ ਦੇਖਾਂਗੇ ਕੌਣ ਮੈਕਸਿਮਮ ਖਾਂਦੇ ਆ, ਕਿਉਂਕਿ ਇਦਾਂ ਤਾਂ ਪਗੋਲ ਪੇ ਬਣਾਣੇ ਵੀ ਹੈ ਨਾ, ਸਾਰਾ ਕੁਝ ਆਪ ਕਰਨਾ ਜਿਹਨੇ ਖਾਣਾ ਵਾ। ਹੁਣ ਆਹਾਂ ਦੇਖਾਂਗੇ ਕੀ ਕਰਦਾ ਵਾ। ਚਲੋ ਠੀਕ ਹੈ, ਪਹਿਲੇ ਆਕੀ। ਚਲੋ ਮੇਰੀ ਟਰਨ ਸਟਾਰਟ। 3 2 1 ਸਟਾਰਟ। ਬਣਾਉਣ ਦੀ ਘੰਟਾ ਲੈ ਲੈ। आओ, कैसा है? कैसा है? कैसा है? पहले बताओ, पहले कैसा है? अच्छा है, मैं बोल दी। ओ गाइस, चल रहा है गाइस, अभी तो नॉर्मल है, अभी तो 15 हो गए गाइस। 15 भी हो गए भावे गाइस, अभी तो 15 हो गए गाइस, अभी तो 20 हो गए गाइस। कहीं देखो गाइस, 15 और 20 हो गए अभी गाइस। कितनी, कौन सा थर्ड है ना, बाद में बदलेगा। 40 हो गए, टाइम है गाइस, क्या कर रहे हो आप गाइस? के साथ क्या चाहते हो? बस बस अब हो गया 50 51 52 53 4 5 6 खत्म करना है पहले ही पूरा। हाँ, 7 हो गया गाइस, 1 मिनट। 4 गोलगप्पे खा लिए, 5 गोलगप्पे हो गाइस, खत्म नहीं हुए। बट मम्मा का चलो 5 सेकंड, 5 गोलगप्पे खाए। तो देखो, मैं 5 खाए हैं, तो मेरा रिकॉर्ड कौन तोड़ेगा? मैंने लाख नहीं रहा, कोई तोड़ेगा नहीं गाइस। 5 गोलगप्पे तो नहीं खा सकता मैं, लेकिन यार 5 नहीं, रुक जो, 5 दूसरे दे दो। चलो चलो रुको, हां वेट, रीसेट करो ना इधर से, वेट अभी, इतना हाथ नहीं मरना, उतना रख, वेट वेट वेट। कितने खा रहे हैं? कितने मिर्ची वाला कौन सा? हां, मिर्ची वाला, ये मीठा वाला, ठीक है? ਜਿਹੜਾ ਰੈੱਡ ਕਲਰ ਦਾ ਹੁੰਦਾ ਨਾ, ਮਿੱਠਾ ਹੁੰਦਾ ਹੈ। ਅੱਛਾ, ਚਲੋ 3। ਮੈਂ ਤਾਂ ਦੇਖ ਕੇ, ਤੂੰ ਛੋਟੇ ਛੋਟੇ ਗੋਲਗੱਪੇ ਯੂਜ਼ ਕਰੀ, ਕੰਨ ਤੇ ਨਹੀਂ ਮੈਂ ਦੇਖਦਾ, ਮੇਰੇ ਬੈਲਟ ਤੇ ਵੀ ਦੇਖ ਲਈ ਤੂੰ। ਚਲੋ ਕਰੋ 3। ਚਲੋ ਵੀ ਹੁਣ ਐਰੀ ਤੇ ਜਦੋਂ ਸਟਾਰਟ ਹੋਣ ਲੱਗਾ, 3 2 1 ਗੋ। ਆ ਤੇ ਖਾਲੀ ਪਲੇਟ, ਆ ਪਲੇਟ ਚੱਕ ਲੈ, ਇੱਦਾਂ ਨਹੀਂ ਖਾਣੇ, ਇੱਦਾਂ ਨਹੀਂ ਖਾਣੇ। ਮੈਂ ਗਲਤ ਕਰ ਲਿਆ, ਮੈਂ ਨਹੀਂ ਮੰਨਣਾ ਯਾਰ, ਇਹ ਘੁੱਗੀ ਗਲੀ ਯਾਰ, ਇਹ ਤੋੜੀ ਜਾ ਰਿਹਾ ਗੋਲਗੱਪੇ ਯਾਰ, ਇਸ ਤਰ੍ਹਾਂ ਵੇਸਟ ਕਰ ਰਿਹਾ ਵਾ। ਬਸ ਤੂੰ ਪਲੇਟ ਨੀਚੇ ਰੱਖ ਕੇ ਜਿੱਦਾਂ ਮੈਂ ਖਾ ਰਹੀ ਸੀ ਉਦਾਂ, ਆਪਾਂ ਮੰਨਣਾ ਨਹੀਂ, ਮੈਨੂੰ ਖਾਣੀ ਦੀ ਆਦਤ ਹੈ, ਇਹ ਨਹੀਂ ਮੰਨਣਾ ਜਾਣਾ, ਤੂੰ ਦਾ ਹਾਰ ਗਿਆ ਬਸ।
23 सेकंड हो गया। खाने मत खाने का इतना नहीं खाई थी गोलगप्पे यार, सही तरह चखना तू पहला पेड़ नीचे रख के वो चार रुपया एवं नहीं आते सीखो फिर मैं इधर जिधर खाए हैं वो पता नहीं लगता। चलो भी यार ये दूसरा गोलगप्पा क्योंकि पहले नहीं नहीं तो ऐसे फिर ही मानते होंगे। चल तीसरा भी ना चार ही होने हैं तीन ही होने चलो जी एरिक ने खाए किन्ने वैसे तीन गोलगप्पे काउंट होने चाहिए तोड़ दे से आपा नहीं मनने तेरे गोलगप्पे जी। चलो ये कह रहे हैं बहुत ज्यादा चार गोलगप्पे मानते हैं उन्होंने क्या तेरे नाम बताओ आप पहले तुम सिटिंग आराम से बैठो पहले नहीं ऐसे नहीं ऐसे नहीं रुको पहले बैठो आराम बताओ लड़कियां जल्दी गोलगप्पे खाती है ना। चलो सारे कमेंट करके दसना कि लड़कियां ज्यादा गोलगप्पे खाती है या मुंडे कुड़िया खादी बट खाने तो सब नहीं खाते है ना कि खाई दे होंगे। अरे वो आप एक टाइम पे ले जाते हो। चलो बैठो पहले बैठा दे छोटा देखो आप चेक करो ना छोटे छोटे ज्यादा छोटे छोटे है ना गोलगप्पे को आगे रख लो जल्दी मुंह गोलगप्पे खाओ। आप पहले आप पानी लोगे ऐसे थोड़ी खाना गोलगप्पे वेस्ट कर जा रहे हो क्या कर रहे हो आप ऐसे थोड़ी ऐसे अगर आपने अच्छा ठीक असि ना सोचते हैं हाँ देखो वो काफी छोटा है पानी वगैरह ऐसा बना के नहीं खा सकता असि ऐसा करते हैं कि हाँ ऐसा ही पूरा गोलगप्पा दवांगे ना ये ऐसा ही एक गोलगप्पा चक के खाएगा ठीक है जे तो इन्हें पांच तो वध खा ले तो यह विनर है जे घट खाएगा तो फिर मैं तो विनर है ही हाँ ठीक है। आप ऐसे गोलगप्पा पकड़ के इसको पूरा एक काउंट होएगा ठीक है कि आप खा सकते हो या नहीं। चलो चलो करो टाइम स्टार्ट हो थ्री टू वन स्टार्ट आराम से आराम से ध्यान से नीचे पानी लगा ना आपको आलू चाहिए आलू आलू स्वाद है आलू बहुत टेस्टी है धीरे 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 हाँ लग ना जाए ना इनमें ऐसे खाना ओके टू या थ्री खा ले वो बहुत है छोटा है ना अभी गाइस बड़ा ओके हमारा हां अपने बोलो पूरे एफर्ट्स कर रहे हैं ठीक है कि वो जीत जवे बाकी देखते हैं की बनता है मुंह में ना लगे बेटा आराम से रहो बट गाइस हार जीत होते रहते हैं खाने में मजा आना चाहिए बिल्कुल नहीं हारने वैसे क्या करते फिर क्यों है मैं छोटा हूं अगर मैं हार गया तो फिर क्या होगा नेक्स्ट टाइम जीतेंगे गाइस वैसे भी दो जीत तो हां नहीं गोलगप्पा खा लिया भाई बस क्या हो गया टाइम भी होने वाला है 5 रह गए सेकंड दिखाओ गोलगप्पे खाते लगी चोट टाइटल छोटे छोटे तू भी खा लेना मैं छुपा के रखे सी ये देखो ठीक है ना इसमें और इसमें फर्क देखो गाइस गोलगप्पा खाना है आपने ये खा लो छोटा सा ये देखो ऐसे पकड़ के ऐसे खाओ खाना ये देखो ऐसे पकड़ के ऐसे खाओ सो ये साडा अज गोलगप्पे दा चैलेंज विनर आ मैं अगर थोनू साडा गोलगप्पे का चैलेंज वधिया लगे तो प्लीज लाइक कमेंट और शेयर करना और कमेंट करके जरूर दसना कि किदां लगे थोनू साडा फूड चैलेंज और अगर तुसीं चाहुंदे हो कि असीं इदां ही फूड चैलेंज होर करिए तो सानू मोटिवेट करना और मैसेज करना कि थोड़े दिमाग च अगर कोई है सो मिलने आपां नैक्सट व्लॉग दे विच बाय बाय थैंक्स फॉर वॉचिंग बाय।